ਫਰੈਂਡਸ ਆਪ ਜੀ ਦਾ ਮੇਰੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਐਗਜ਼ਾਮਸ ਹੋਣੇ ਸੀਗੇ ਉਹਦੇ ਜਿਹੜੀ ਡੇਟਸ ਹੈ ਉਹ ਅਨਾਉਂਸ ਹੋ ਗਈ ਸੀ ਅਤੇ ਡੇਟ ਜਿਹੜੀ ਅਨਾਉਂਸ ਹੋਈ ਸੀ ਉਹ ਸੀ 25 ਸਤੰਬਰ। ਤੋਂ ਜ਼ੇ ਰਿਗਾਰਡਿੰਗ ਜਿਹੜੀ ਵੈਬਸਾਈਟਸ ਅਪਡੇਟ ਹੋਈਆਂ ਨੇ ਵੈਬਸਾਈਟ ਦੇ ਵਿੱਚ ਡੇਟਸ਼ੀਟਸ ਅਪਡੇਟ ਹੋਈਆਂ ਨੇ। ਤਾਂ ਸਭ ਤੋਂ ਪਹਿਲੇ ਦੇਖੋ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਨੋਟੀਫਿਕੇਸ਼ਨ ਨੰਬਰ 1 ਹੈ। BA ਭਾਗ 3 ਸੈਮੈਸਟਰ ਸ਼ੀਮਾ ਦੀ ਪ੍ਰੀਖਿਆ 25 ਨੰਬਰ 2020 ਤੋਂ ਸ਼ੁਰੂ ਹੋ ਰਹੀ ਹੈ ਤੇ ਲਈ ਡੇਟ ਸ਼ੀਟ ਇਹ ਡੇਟ ਸ਼ੀਟ ਹੈ ਜੀ ਇਹਦੀ ਟਾਈਮਿੰਗ ਹੈ ਜਿਹੜੀ ਸਵੇਰੇ 10 ਤੋਂ ਦੁਪਹਿਰ ਦੇ 12 ਵਜੇ ਤੱਕ ਹੈ ਇਹ ਹੈ ਜੀ ਰੈਗੂਲਰ ਰੈਗੂਲਰ ਡਿਸਟੈਂਸ ਐਜੂਕੇਸ਼ਨ ਪ੍ਰਾਈਵੇਟ ਰੀਪੀਅਰ ਸਪੈਸ਼ਲ ਚਾਂਸ ਇੱਥੇ ਦੇਖੋ ਜੀ 골ਡਨ ਚਾਂਸ ਵਾਲੀ ਵੀ ਹੈ ਗਿਆ ਸਪੈਸ਼ਲ ਚਾਂਸ ਲਈ ਰੀਅਪੀਅਰ ਸਪੈਸ਼ਲ ਚਾਂਸ ਦੇ ਵਿਦਿਆਰਥੀ ਵੀ ਡੇਟ ਸ਼ੀਟ ਚਲੰਤ ਸਿਲੇਬਸ ਅਨੁਸਾਰ ਪਰਸ਼ੇ ਦੇਣਗੇ ਸੋ ਇਹ ਇੱਥੇ ਦੱਸਿਆ ਹੋਇਆ ਇੱਥੇ ਡੇਟਸ ਆਹ ਹੈ ਜੀ ਡੇਟ ਕਿਹੜਾ ਦਿਨ ਪੈਂਦਾ ਹੈ ਤੇ ਤੁਹਾਡਾ ਜਿਹੜਾ ਸਬਜੈਕਟ ਹੈ ਪਲੱਸ ਉਹਦਾ ਜਿਹੜਾ ਇੱਥੇ ਸਬਜੈਕਟ ਕੋਡ ਦਿੱਤਾ ਹੋਇਆ ਹੈ ਆ ਤੁਸੀਂ ਇਥੋਂ ਦੇਖ ਸਕਦੇ ਹੋ ਵੈਬਸਾਈਟ ਤੇ ਵੀ ਜਲਦੀ ਹੀ ਅਪਡੇਟ ਹੋ ਜਾਣੀ ਹੈ ਤੁਸੀਂ ਵੈਬਸਾਈਟ ਤੋਂ ਵੀ ਦੇਖ ਸਕਦੇ ਹੋ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਡੇਟ ਸ਼ੀਟ ਨੂੰ ਦੇਖ ਸਕਦੇ ਹੋ ਕਿ ਕਿਹੜਾ ਐਗਜ਼ਾਮ ਕਿਹੜੇ-ਕਿਹੜੇ ਦਿਨ ਹੈਗਾ ਤੇ ਲਾਸਟ ਵਿੱਚ ਕੁਝ ਇਹਨਾਂ ਨੇ ਗਾਈਡਲਾਈਨਸ ਦਿੱਤੀਆਂ ਜਿਹੜੀਆਂ ਆਪਾਂ ਦੇਖ ਲੈਣੇ ਆ ਸੋ ਸਮੂਹ ਸਮਸਤੀ ਸਾਹਿਬ ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਕਿ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਕਈ ਵਾਰ ਡੇਟ ਸ਼ੀਟ ਵਿੱਚ ਤਬਦੀਲੀ ਹੋ ਸਕਦੀ ਹੈ ਇਸ ਲਈ ਪ੍ਰੀਖਿਆਵਾਂ ਸਮਾਪਤ ਹੋਣ ਤੱਕ ਸਮੇਂ-ਸਮੇਂ ਤੇ ਡੇਟ ਸ਼ੀਟ ਨੂੰ ਯੂਨੀਵਰਸਿਟੀ ਦੀ ਵੈੱਬਸਾਈਟ ਤੋਂ ਚੈੱਕ ਕਰ ਲਿਆ ਜਾਵੇ ਸੋ ਅਪਡੇਸ਼ਨਸ ਹੋ ਸਕਦੀ ਹੈ ਸੋ ਇਸ ਰਿਗਾਰਡਿੰਗ ਤੁਸੀਂ ਇਨਾਂ ਜਿਹੜੀ ਆਫੀਸ਼ੀਅਲ ਵੈੱਬਸਾਈਟ ਦਾ ਦਿਸ ਵਨ ਟਾਈਮਲੀ ਵਿਜ਼ਿਟ ਕਰਦੇ ਰਹੋ ਤੇ ਦੇਖਦੇ ਰਹੋ ਕਿ ਅਪਡੇਸ਼ਨ ਕੋਈ ਆਈ ਤਾਂ ਨਹੀਂ ਲਿਖਤੀ ਪ੍ਰੀਖਿਆਵਾਂ ਆਨਲਾਈਨ ਆਫਲਾਈਨ ਰਲਵੀ ਵਿਧੀ ਨਾਲ ਆਪਣੇ ਸਥਾਨ ਤੋਂ ਕਰਵਾਈਆਂ ਜਾਣਗੀਆਂ ਠੀਕ ਹੈ ਜੋ ਵੀ ਤੁਹਾਡੀ ਹੋਮ ਪਲੇਸ ਆ ਉੱਥੋਂ ਤੁਸੀਂ ஆன்ਲਾਈਨ ਐਗਜ਼ਾਮਸ ਦੇਣੇ ਹਨ ਪ੍ਰੀਖਿਆਵਾਂ ਦੀਆਂ ਹਦਾਇਤਾਂ ਸੰਬੰਧੀ ਵਿਸਤ੍ਰਿਤ ਜਾਣਕਾਰੀ ਵਿਦਿਆਰਥੀਆਂ ਨੂੰ ਰੋਲ ਨੰਬਰ ਡਾਊਨਲੋਡ ਕਰਨ ਸਮੇਂ ਪ੍ਰਾਪਤ ਹੋ ਜਾਵੇਗੀ ਜਦੋਂ ਤੁਹਾਨੂੰ ਪਤਾ ਹੈ ਤੁਸੀਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਦੇ ਹੋ ਤੇ نیچے ਗਾਈਡਲਾਈਨਸ ਹੁੰਦੀਆਂ ਹਨ ਉੱਥੋਂ ਤੁਸੀਂ ਰੀਡ ਕਰ ਸਕਦੇ ਹੋ ਗਾਈਡਲਾਈਨਸ ਰੈਗੂਲਰ ਡਿਸਟੈਂਸ ਐਜੂਕੇਸ਼ਨ ਵਿਦਿਆਰਥੀ ਇਹ ਰੋਲ ਨੰਬਰ ਆਪਣੇ ਕਾਲਜ ਦੇ ਪ੍ਰਿੰਸੀਪਲ ਵਿਭਾਗ ਦੇ ਮੁਖੀ ਪਾਸੋਂ ਕੋਈ ਇਤਰਾਜ਼ ਨਹੀਂ ਪ੍ਰਾਪਤ ਕੋਈ ਇਤਰਾਜ਼ ਨਹੀਂ ਮੀਨ ਟੂ ਸੈਨੋਸੀ ਪ੍ਰਾਪਤ ਕਰਨ ਤੋਂ ਬਾਅਦ ਡਾਊਨਲੋਡ ਕਰ ਸਕਣਗੇ ਪ੍ਰਾਈਵੇਟ ਵਿਦਿਆਰਥੀ ਆਪਣੇ ਰੋਲ ਨੰਬਰ ਸਿੱਧੇ ਹੀ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ ਸੋ ਇਸੇਮ ਜਿਹੜੀ ਗਾਈਡਲਾਈਨਸ ਹੈ ਪੰਜਾਬ ਯੂਨੀਵਰਸਿਟੀ ਦੀ ਹੋਈ ਹੈਗੀਆਂ ਜੀ ਉਹਦੀਆਂ ਵੀ ਸੇਮ ਹੀ ਗਾਈਡਲਾਈਨਸ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਦੱਸਿਆ ਹੋਇਆ ਪੇਪਰਾਂ ਸામਨੇ ਲੜੀ ਨੰਬਰ ਨਾਲ ਰੈਗੂਲਰ ਦਸਤਾਉਂਦੇ ਹਨ ਕਿ ਪੇਪਰ ਕਾਲਾਂ ਦੇ ਰੈਗੂਲਰ ਵਿਦਿਆਰਥੀਆਂ ਲਈ ਹੈ ਡੀਈ ਦਰਸਾਉਂਦੇ ਹਨ ਕਿ ਪੇਪਰ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਲਈ ਹੈ ਤੇ ਪੀਵੀਟੀ ਦਰਸਾਉਂਦੇ ਹਨ ਕਿ ਪੇਪਰ ਪ੍ਰਾਈਵੇਟ ਵਿਦਿਆਰਥੀਆਂ ਲਈ ਹੈ ਪੀਵੀਟੀ ਮੀਨਸ ਪ੍ਰਾਈਵੇਟ ਰੈਗੂਲਰ ਰੈਗੂਲਰ ਅਤੇ ਡੀਈ ਮੀਨਸ ਜਿਹੜੇ ਡਿਸਟੈਂਸ ਹੈ ਇੱਥੇ ਦਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਆ ਐਗਜ਼ਾਮਪਲ ਇਹ ਆ ਦੇਖੋ ਲਿਖਿਆ ਡਿਸਟੈਂਸ ਰੈਗੂਲਰ ਅਤੇ ਪੀਵੀਟੀ ਇਹਨਾਂ ਤਿੰਨਾਂ ਦਾ ਹੀ ਪੇਪਰ ਹੈ ਪੰਜਾਬੀ ਦਾ ਸ਼ਵੇਤਾ ਸੀ ਜਿਹੜੀ ਡੇਟ ਸ਼ੀਟ BA ਭਾਗ 3 ਸਮੈਸਟਰ 6 ਉਸ ਤੋਂ ਅਗਲੀ ਆ ਦੇਖੋ ਉੱਪਰ ਮੈਂ ਤਿੰਨ ਸ਼ੀਟਾਂ ਓਪਨ ਕੀਤੀਆਂ ਹੋਈਆਂ ਨੋਟੀਫਿਕੇਸ਼ਨ 2 ਦੇ ਵਿੱਚ ਹੈ B.Com ਭਾਗ 3 ਸਮੈਸਟਰ 6 ਇਹਨਾਂ ਦੀ ਟਾਈਮਿੰਗ ਵੀ ਸੇਮ ਹੈ ਬਾਕੀ ਇੱਥੇ ਦੱਸਿਆ ਹੋਇਆ ਰੀਅਪੀਅਰ ਸਪੈਸ਼ਲ ਚਾਂਸ ਅਤੇ ਉਸ ਤੋਂ ਬਾਅਦ ਰੈਗੂਲਰ ਡਿਸਟੈਂਸ ਐਜੂਕੇਸ਼ਨ ਦੇ ਸਾਰੇ ਵਿਦਿਆਰਥੀਆਂ ਦੀ ਡੇਟ ਸ਼ੀਟ ਹੈ ਇਹ ਹੈ ਜੀ ਧੰਨਵਾਦ ਜਿਵੇਂ ਦੱਸਤੀ ਹੈ B.Com ਸਮੈਸਟਰ 3 ਦੀ ਭਾਗ 3 ਦੀ ਸੌਰੀ ਸਮੈਸਟਰ 6 ਭਾਗ 3 ਤਾ ਆ ਤੁਸੀਂ 150 ਵੈਰਾ ਇਥੋਂ ਨੋਟ ਡਾਉਨ ਕਰ ਲਿਓ ਮੈਂ ਜ਼ੂਮ ਇਨ ਕਰ ਦਿੰਨਾ ਐ ਇਥੇ 25 ਤੋਂ ਸਟਾਰਟ ਐਗਜ਼ਾਮ ਅਤੇ ਜਿਹੜੇ ਇਹਨਾਂ ਦੇ ਐਗਜ਼ਾਮ ਹੈਗੇ ਜੀ ਐਂਡ ਉਹ ਹੈ 7 ਤੋਂ ਜਿਹੜੇ ਇਥੇ ਬੀਏ ਦੇ ਆਪਾਂ ਦੇਖਿਓ 25 ਤੋਂ ਲੈ ਕੇ ਇਹ ਐਗਜ਼ਾਮ 12 ਤਰੀਕ ਤੱਕ ਚੱਲਦੇ ਹੋ ਪਏ ਆ ਤਾਂ ਗਾਈਡਲਾਈਨਸ ਫਿਲਹਾਲ ਸੇਮ ਹੀ ਨੇ ਗਾਈਡਲਾਈਨਸ ਵਿੱਚ ਕੋਈ ਚੇਂजेस ਵੈਰਾ ਨਹੀਂ ਆ ਤੁਸੀਂ ਦੇਖ ਲਿਓ ਦੇ ਸ਼ਿਡ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਇਹਨੂੰ ਦੇਖ ਸਕਦੇ ਹੋ ਅਤੇ ਲਾਸ ਜਿਹੜੀ ਇਥੇ ਮੈਂ ਟਰਾਈ ਲੱਗੇ ਸ਼ੋ ਕਰਨਾ ਹੈ ਇਹ ਹੈ ਜੀ ਬੀਏ ਭਾਗ 3 ਸਮੈਸਟਰ ਸ਼ੀਮਾ ਸੋਰੀ ਬੀਸੀਏ ਪਹਿਲੀ ਆਪਾਂ ਕੀਤੀ ਇੱਥੇ ਜਿਹੜੀ ਡੇਟ ਸ਼ੀਟ ਉਹ ਸੀਗੀ ਜੀ BA ਦੀ ਦੂਸਰੀ ਆਪਾਂ ਕੀਤੀ ਇੱਥੇ ਡੇਟ ਸ਼ੀਟ ਉਹ ਸੀ B.Com ਦੀ ਅਤੇ 3rd ਵਨ ਜਿਹੜੀ ਆਪਾਂ ਕੀਤੀ ਉਹ ਹੈ ਜੀ BCA ਦੀ ਇਹ ਸਾਰੀਆਂ ਭਾਗਤਿਆਂ ਦੀਆਂ ਸਮੈਸਟਰ ਸ਼ਿਮੇ ਦੀਆਂ ਆਈਆਂ ਇਹਨਾਂ ਦਾ ਜਿਹੜਾ ਪਹਿਲਾ ਐਗਜ਼ਾਮ ਹੈ ਇਹਨਾਂ ਦਾ ਵੀ 25 ਨੂੰ ਹੈ ਸੋ 25 26 28 29 ਦੈਨ ਉਸ ਤੋਂ ਬਾਅਦ ਸੌਨ ਡੇਟਸ ਹੈਗੀਆਂ ਜਿਹੜਾ ਵੀ ਤੁਹਾਡਾ ਐਗਜ਼ਾਮ ਹੈ ਤੁਸੀਂ ਉਸ ਦੇ ਅਕੋਰਡਿੰਗ ਦੇਖ ਲਓ ਸਬਜੈਕਟ ਕੋਡ ਕੀ ਹੈ ਅਤੇ ਇਹਨਾਂ ਦੀਆਂ ਗਾਈਡਲਾਈਨਸ ਵੀ ਸੇਮ ਹੈ ਸੋ ਫਰੈਂਡਸ ஏਸੀ ਲੇਟਸ ਅਪਡੇਟ ਵੈਬਸਾਈਟ ਤੇ ਮੈਂ ਚੈੱਕ ਕੀਤਾ ਹਾਲੇ ਤੱਕ ਮੈਨੂੰ ਇੱਥੇ ਕੋਈ ਲਿੰਕ ਨਹੀਂ ਮਿਲਿਆ ਅਦਰਵਾਈਜ਼ ਤੁਸੀਂ ਐਗਜ਼ਾਮੀਨੇਸ਼ਨ ਤੇ ਜਾ ਕੇ ਇੱਥੇ ਪ੍ਰੀਖਿਆਵਾਂ ਦਾ ਪੋਰਟਲ ਇੱਥੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਅਦਰਵਾਈਜ਼ ਆਹ ਦੇਖੋ ਡੇਟ ਸ਼ੀਟ ਹੈ ਤੁਸੀਂ ਡੇਟ ਸ਼ੀਟ ਤੇ ਜਾ ਕੇ ਆਪਣਾ ਜਿਹੜਾ ਡੇਟ ਸ਼ੀਟ ਹੈਗਾ ਅਕੋਰਡਿੰਗ ਟੂ ਯਰ ਕਲਾਸ ਚੈੱਕ ਕਰ ਸਕਦੇ ਹੋ ਸੋ ਇੱਥੇ ਪਾ ਜਾਣੀ ਹੈ ਵੈਬਸਾਈਟ ਥੋੜੀ ਜੀ ਬਿਜ਼ੀ ਚੱਲੀ ਹੋਈ ਹੈ ਤਾਂ ਤੁਸੀਂ ਇੱਥੇ ਆਪਣਾ ਜਾ ਕੇ ਜਿਹੜੇ ਵੀ ਇੱਥੇ ਕਰੰਟ ਅਪਡੇਟਸ ਹਨੀਆ ਤੁਸੀਂ ਦੇਖ ਕੇ ਵੈਬਸਾਈਟ ਦੇ ਵਿੱਚ ਆਪਣੀ ਡੇਟ ਸ਼ੀਟ ਵੈਰਾ ਕਲਾਸ ਅਕੋਰਡਿੰਗ ਦੇਖ ਸਕਦੇ ਹੋ ਸੋ ਬਾਕੀ ਮੈਂ ਤੁਹਾਨੂੰ ਇਹ ਸਾਰੀਆਂ ਸ਼ੋਈ ਕਰ ਹੀ ਦਿੱਤੀਆਂ ਤਾਂ ਬਾਕੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਆਪਣੀ ਡੇਟ ਸ਼ੀਟ ਨੋਟ ਡਾਊਨ ਕਰ ਸਕਦੇ ਹੋ ਅਦਰਵਾਈਜ਼ ਉਸੇ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਵੀ ਡੇਟ ਸ਼ੀਟ ਨੂੰ ਡਾਊਨਲੋਡ ਕਰ ਸਕਦੇ ਹੋ ਬੀਏ ਬੀਕਾਮ ਅਤੇ ਬੀਸੀਏ ਦੀਆਂ ਜਿਹੜੀਆਂ ਇੱਥੇ ਹੈਗੀਆਂ ਜੀ ਮੀਨ ਟੂ ਸੇ ਅੰਡਰ ਗ੍ਰੈਜੂਏਟ ਕਲਾਸਾਂ ਦੀ ਜਿਹੜੀ ਡੇਟ ਸ਼ੀਟ ਹੈ ਅਪਲੋਡ ਹੋ ਗਈ ਹੈ ਜਲਦੀ ਹੀ ਜਿਹੜੇ ਪੀਜੀ ਕਲਾਸਿਸ ਆ ਏਜੀ ਯੂਜੀ ਮੀਨ ਟੂ ਸੇ ਅੰਡਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਲੈਵਲ ਕਲਾਸਾਂ ਦੀ ਡੇਟਸ਼ੀਟ ਜਲਦ ਹੀ ਵੈਬਸਾਈਟ ਤੇ ਪੋਰਟਲ ਤੇ ਅਪਡੇਟ ਹੋ ਜਾਣੀ ਹੈ ਉਸ ਦੇ ਲਈ ਸਾਡੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦੇ ਨਾਲ ਵੀਡੀਓ ਨੂੰ ਜ਼ਰੂਰ ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਕਰਨਾ so that ਉਹਨਾਂ ਨੂੰ ਵੀ ਇਸ ਪਾਰਟिकुलर ਇਨਫੋਰਮੇਸ਼ਨ ਬਾਰੇ ਪਤਾ ਲੱਗ ਸਕੇ ਜੋ ਕਿ ਪੰਜਾਬੀ ਯੂਨੀਵਰਸਿਟੀ ਨੇ ਆਪਣੀ ਵੈਬਸਾਈਟ ਦੇ ਵਿੱਚ ਅਪਡੇਟ ਕੀਤੀ ਹੈ so thank you friends for your available time